देख सकते हैं जिथे तक तुहाडी निगाह जांदी आ जिथे तक भी जांदी आ तुहानूं पानी नजर आएगा। पता नहीं उन्हां नूं लगदा नहीं गा कि इत्थे लोक वसदे नहीं है ना। ਤੇ ਬਾਕੀ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਵੀ ਇੱਥੇ ਮਾਇਤ ਨਹੀਂ ਹੋ ਰਹੀ। ਹੁਣ ਉਦਨ ਭਗਵੰਤ ਮਾਨ ਸਾਹਿਬ ਆਏ ਅਸੀਂ ਸਾਰਾ ਜਿੰਨਾ ਵੀ ਪਰਿਵਾਰ ਸਾਡਾ ਸਾਰਾ ਇੱਥੇ ਨਿਕਲ ਕੇ ਅਸੀਂ ਬਾਜਾਂ ਮਾਰਦੇ ਰਹੇ। ਮੀਡੀਆ ਅਗਲੇ 2 ਮਿੰਟ ਖਲੋਤੇ ਤੇ ਚਲੇ ਗਏ ਯਾਰ। ਜਿਹੜਾ ਤੁਹਾਨੂੰ 3 ਦਿਨ ਪਹਿਲਾਂ ਅੱਜ ਤੋਂ ਦਿਖਾ ਲਿਆ ਆ ਅਤੇ ਬੰਨ ਮਾਰਿਆ ਗਿਆ ਅੱਜ ਤੋਂ 3 ਦਿਨ ਪਹਿਲਾਂ, ਉਸ ਤੋਂ ਬਾਅਦ ਦਾ ਮੰਜ਼ਰ ਆਇਆ ਵੇਖ ਲਓ ਜੀ। ਹਜੇ ਵੀ ਪਾਣੀ ਬਹੁਤ ਜ਼ਿਆਦਾ ਆ, ਦੇਖ ਲਓ ਦਰਖਤ ਕਿੱਥੇ ਕਿੱਥੇ ਤੱਕ ਡੁੱਬੇ ਹੋਏ ਆ। ਬੰਨ ਲੱਗਿਆ ਆ ਤਾਂ ਇਸ ਕਰਕੇ ਆ ਪਾਣੀ ਇੱਧਰ ਨਹੀਂ ਆ ਪਾ ਰਿਹਾ, ਨਹੀਂ ਤਾਂ ਪਾਣੀ ਹਜੇ ਵੀ ਬਹੁਤ ਜ਼ਿਆਦਾ ਆ। ਤੁਸੀਂ ਦੇਖ ਸਕਦੇ ਆ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਆ ਜਿੱਥੇ ਤੱਕ ਵੀ ਜਾਂਦੀ ਆ ਤੁਹਾਨੂੰ ਪਾਣੀ ਨਜ਼ਰ ਆਏਗਾ। ਉਹ ਜਗ੍ਹਾ ਆ ਜਿੱਥੇ ਅਸੀਂ ਉਸ ਦਿਨ ਵੀਡੀਓ ਪਾਈ ਸੀਗੀ, ਜਿੱਥੇ ਕਿ ਆਹ ਬੰਨ ਲਾਇਆ ਗਿਆ ਆ। ਤੁਸੀਂ ਵੇਖ ਸਕਦੇ ਆ ਇੱਥੇ ਹਜੇ ਵੀ ਦਰਿਆ ਵਾਲੇ ਪਾਸੇ ਬਹੁਤ ਵੱਡਾ ਜਿਹੜਾ ਆ ਉਹ ਵੱਡੀ ਮਾਤਰਾ 'ਚ ਪਾਣੀ ਆ। ਅਤੇ ਆਹ ਜਿਹੜਾ ਤੁਸੀਂ ਦੇਖ ਰਹੇ ਆ ਇਹ ਆ ਦੇਖੋ, ਇਹ ਬੇਈ ਦਾ ਬੰਨ ਸੀ ਜਿਹੜਾ ਟੁੱਟਾ ਹੋਇਆ, ਅਤੇ ਇੱਧਰ ਵੀ ਇੱਕ ਤਰ੍ਹਾਂ ਬੰਨ ਆ ਉਹ ਜਿਹੜਾ ਤੁਸੀਂ ਰਾਹ ਦੇਖ ਰਹੇ ਆ ਉਹ ਜਿਹੜਾ ਤੁਸੀਂ ਦੇਖ ਰਹੇ ਆ। ਸੋ ਇਹ ਵੀ ਇੱਕ ਬੰਨ ਹੀ ਆ, ਸੋ ਇਹ ਵੀ ਇਹਨਾਂ ਨੂੰ ਲਾਉਣਾ ਪੈਣਾ ਹਜੇ। ਸੋ ਇਹ ਕੰਮ ਇਹਨਾਂ ਦਾ ਮੁੱਕਿਆ ਨਹੀਂ। ਅਤੇ ਜਿਹੜਾ ਆਹ ਤੁਸੀਂ ਦੇਖ ਰਹੇ ਆ ਨਾ, ਇਹ ਤੁਸੀਂ ਦੇਖ ਲਓ ਜੀ ਵੀ ਇਹ ਸੇਵਾ ਚੱਲ ਰਹੀ ਆ ਜਿੱਥੇ ਕਿ ਲੋਕ ਆਪ ਹੀ ਮਿੱਟੀ ਪਾ ਕੇ ਇਸ ਬੰਨ ਨੂੰ ਉੱਚਾ ਕਰ ਰਹੇ ਨੇ ਅਤੇ ਚੌੜਾ ਕਰ ਰਹੇ ਨੇ। ਫਿਲਹਾਲ ਦੀ ਘੜੀ ਪਾਣੀ ਰੋਕਣ ਦੇ ਲਈ ਇੱਕ ਬੰਨ ਲਾਇਆ ਗਿਆ ਸੀ ਅਤੇ ਪਾਣੀ ਰੋਕ ਦਿੱਤਾ ਗਿਆ ਜਿਹੜਾ ਕਿ ਇੱਧਰ ਇਸ ਪਾਸੇ ਪਿੰਡਾਂ ਵੱਲ ਨਹੀਂ ਜਾਏਗਾ। ਸੋ ਇੱਧਰ ਪਾਣੀ ਉੱਤਰ ਵੀ ਗਿਆ, ਬਹੁਤ ਹੱਦ ਤੱਕ ਬਚਾਅ ਹੋ ਗਿਆ ਪਿਛਲੇ 3 ਦਿਨਾਂ 'ਚ, ਅੱਜ 4th ਹੋਏਗਾ। ਸੋ ਇਸ ਕਰਕੇ ਇੱਧਰ ਬਹੁਤ ਬਚਾਅ ਹੋ ਚੁੱਕਾ ਔਰ ਤੁਸੀਂ ਦੇਖ ਸਕਦੇ ਆ ਕਿ ਇੱਧਰਲੇ ਪਾਸੇ ਪਾਣੀ ਦੀ ਕਮੀ ਕੋਈ ਨਹੀਂ ਗੀ, ਹਜੇ ਬਹੁਤ ਪਾਣੀ ਆ, ਬੇਸ਼ੁਮਾਰ ਪਾਣੀ ਆ ਇੱਧਰਲੇ ਪਾਸੇ। ਉਹ ਦੇਖ ਲਓ ਸੰਗਤ ਜਿਹੜੀ ਆ ਉਹ ਆਪ ਸੇਵਾ ਕਰਕੇ ਜਿਹੜਾ ਆ ਉਹ ਆਪ ਹੀ ਇਹ ਕੰਮ ਕਰ ਰਹੀ ਆ ਅਤੇ ਇਸ ਬੰਨ ਨੂੰ ਉੱਚਾ ਕਰ ਰਹੇ ਨੇ, ਉਸ ਉਚਾਈ ਤੱਕ ਲੈ ਕੇ ਜਾਣਗੇ ਜਿਹੜੀ ਉਹ ਜਿਸ ਉਚਾਈ ਤੱਕ ਉਹ ਆ ਉਸ ਉਚਾਈ ਤੱਕ ਇਸ ਬੰਨ ਨੂੰ ਲਿਆਂਦਾ ਜਾਊਗਾ। ਸੋ ਇਹ ਇਸ ਵੇਲੇ ਦੀ ਰਿਪੋਰਟ ਆ, ਮੈਂ ਦੱਸ ਦੇਵਾਂ ਇੱਦਾਂ ਨਹੀਂ ਹੈ ਕਿ ਮਾੜਾ ਜਿਹਾ ਬੰਨ ਮਾਰਿਆ ਅਤੇ ਅਗਲੇ ਦੁਨੀਆ ਤੁਰ ਪਈ ਆ, ਹਜੇ ਸੰਗਤ ਇੱਥੇ ਮੌਜੂਦ ਆ, ਲੋਕ ਇੱਥੇ ਮੌਜੂਦ ਨੇ ਔਰ ਉਹ ਬੰਨ ਲਾ ਰਹੇ ਨੇ। ਬੰਨ ਦੇ ਉੱਤੇ ਅਸੀਂ ਨਾਲ ਹੀ ਬਿਲਕੁਲ ਪਿੰਡ ਮੰਡਾਲਾ ਆ ਉੱਥੇ ਮੈਡੀਕਲ ਟੀਮ ਵੀ ਪਹੁੰਚੀ ਆ, ਇਹ ਬੈਠੇ ਨੇ ਬਹੁਤ ਦਿਨਾਂ ਤੋਂ ਮੈਂ ਦੇਖ ਰਿਹਾ ਅਤੇ ਲਗਭਗ ਜ਼ਿੰਦਗੀ ਨੋਰਮਲ ਹੋਣੀ ਸ਼ੁਰੂ ਹੋ ਚੁੱਕੀ ਆ। ਅਤੇ ਸਰ ਲੋਕਾਂ ਨੂੰ ਵੈਸੇ ਮੈਡੀਕਲ ਪ੍ਰੋਬਲਮ ਜ਼ਿਆਦਾ ਤਾਂ ਨਹੀਂ ਆ ਰਹੀਆਂ? ਨਹੀਂ, ਹੁਣ ਤਾਂ ਠੀਕ ਆ, ਪਹਿਲਾਂ ਪ੍ਰੋਬਲਮਸ ਜ਼ਿਆਦਾ ਸੀਗੀਆਂ। ਅੱਛਾ ਜੀ। ਜਿੱਦਾਂ ਮੰਨ ਲਓ ਪਹਿਲਾਂ ਪਾਣੀ ਦਾ ਪੱਧਰ ਜ਼ਿਆਦਾ ਵਧਿਆ ਸੀ ਨਾ, ਉਹਦੇ ਕਰਕੇ ਪ੍ਰੋਬਲਮ ਜ਼ਿਆਦਾ ਸੀ, ਹੁਣ ਪਾਣੀ ਦਾ ਪੱਧਰ ਬਹੁਤ ਘੱਟ ਚੁੱਕਾ ਵਾ। ਅਤੇ ਚਲੋ ਲੋਕੀ ਵੀ ਚਲੋ ਅਵੇਅਰ ਸੀਗੇ ਅਤੇ ਉਹਨਾਂ ਐਨੀਮਲਸ ਨੂੰ ਪਹਿਲਾਂ ਹੀ ਸਿਕਿਓਰ ਕਰ ਲਿਆ, ਉੱਚੀਆਂ ਥਾਵਾਂ 'ਤੇ ਲੈ ਗਏ ਸੀਗੇ, ਉਹਨਾਂ ਬੜਾ ਫਰਕ ਪੈ ਗਿਆ। ਹੁਣ ਜਿੱਦਾਂ ਜਿੱਦਾਂ ਪਾਣੀ ਦਾ 2-3 ਦਿਨਾਂ ਬਾਅਦ ਹਿਊਮਿਡਿਟੀ ਵਧੇਗੀ ਨਾ, ਫਿਰ ਥੋੜ੍ਹਾ ਭਾਵੇਂ ਚੱਲੇ, ਬਾਕੀ ਕੋਈ ਨਹੀਂ, ਸਰਕਾਰ ਵੱਲੋਂ ਸਾਰੀ ਮੀਨਸ ਵੈਕਸੀਨੇਸ਼ਨ ਕੈਂਪੇਨ ਵੀ ਚੱਲਦਾ ਪਿਆ ਵਾ, ਬਾਕੀ 9 ਐਮਰਜੈਂਸੀ ਟ੍ਰੀਟਮੈਂਟ ਆ ਉਹ ਵੀ ਚੱਲਦਾ ਅਵੇਲੇਬਲ ਆ। ਇਹ ਇਲਾਕਾ ਕਿਹੜਾ ਹੈ ਸਿਲ ਤੁਹਾਡਾ? ਇਹ ਡੇਰਾ ਫੁੱਲ ਵਾਲਿਆਂ ਦਾ ਜੀ। ਡੇਰਾ ਫੁੱਲ ਵਾਲਿਆਂ ਦਾ? ਹਾਂਜੀ, ਮੰਡਾਲੇ ਤੋਂ ਬਾਹਰ ਬਾਹਰ ਆ। ਹਾਂਜੀ, ਜ਼ਮੀਨ ਵੈਸੇ ਮੰਡਾਲੇ ਦੀ ਹੈ? ਹਾਂਜੀ, ਜ਼ਮੀਨ ਮੰਡਾਲੇ ਦੀ ਆ, ਵੋਟਾਂ ਮੰਡਾਲੇ 'ਚ ਹੀ ਆ। ਅੱਛਾ ਜੀ, ਅਤੇ ਸਮੱਸਿਆ ਕੀ ਇੱਥੇ, ਕੀ ਸਮੱਸਿਆ ਹਜੇ? ਸਮੱਸਿਆ ਭਾਜੀ ਇੱਕ ਤਾਂ ਲਾਈਟ ਨਹੀਂ ਹੈਗੀ ਗੀ ਹਨਾ, ਤੇ ਰਾਤ ਨੂੰ ਸੋਈਦਾ ਮੱਛਰ ਮੁੱਛਰ ਹੁੰਦਾ, ਬੰਨ ਤੇ ਹੀ ਸੋਈਦਾ, ਇੱਥੇ ਸੌਂ ਕੇ ਗੁਜ਼ਾਰਾ ਕਰੀਦਾ ਆਪਾਂ। ਤੇ ਦੂਜਾ ਨੰਬਰ ਜਿੰਨੇ ਵੀ ਆ ਵੀ ਰੋਂਦੇ ਆ, ਪਾਣੀ ਲੈ ਕੇ ਆਉਂਦੇ ਆ ਜਾਂ ਸੌਦਾ ਪੱਤਾ ਲੈ ਕੇ ਆਉਂਦੇ ਹਨਾ, ਉਹ ਸਾਰੇ ਗਾਂ ਹੀ ਤੁਰੇ ਜਾਂਦੇ ਪਿੰਡ ਮੰਡਾਲੇ 'ਚ ਹਨਾ। ਹਾਂਜੀ, ਪਤਾ ਨਹੀਂ ਉਹਨਾਂ ਨੂੰ ਇਹ ਲੱਗਦਾ ਕਿ ਇੱਥੇ ਖਣੀ ਪਾਣੀ ਨਹੀਂ ਆਇਆ, 6.5-7 ਫੁੱਟ ਪਾਣੀ ਸੀਗਾ ਇੱਥੇ, ਤੇ ਉਹ ਵੀਰ ਇੱਧਰ ਹੀ ਆਉਂਦੇ ਆ, ਗਾਂ ਲੰਘ ਜਾਂਦੇ ਆ, ਇੱਧਰ ਨਹੀਂ ਆਉਂਦੇ, ਜਾਣੀ ਕਿ ਪਤਾ ਨਹੀਂ ਉਹਨਾਂ ਨੂੰ ਲੱਗਦਾ ਨਹੀਂ ਗਾ ਖਣੀ ਇੱਥੇ ਲੋਕ ਵਸਦੇ ਨਹੀਂ ਹਨਾ। ਅਸੀਂ ਜਿਸ ਦਿਨ ਪਹਿਲੇ ਦਿਨ ਰਿਪੋਰਟਿੰਗ ਕੀਤੀ ਸੀਗੀ ਨਾ, ਉਸ ਦਿਨ ਅਸੀਂ ਸਭ ਤੋਂ ਵੱਡੀ ਜਿਹੜੀ ਪੁਆਇੰਟ ਮੈਂ ਇਹੀ ਰੱਖਿਆ ਸੀ ਆਉਂਦੇ ਨੇ, ਹਾਂਜੀ, ਵੀ ਸਭ ਤੋਂ ਬੁਰਾ ਹਾਲ ਜਿਹੜਾ ਆ
ਉਹ ਡੇਰਿਆਂ ਤੇ ਜਾਂ ਜਿਹੜੇ ਪਿੰਡੋਂ ਬਾਹਰ ਰਹਿੰਦੇ ਆ ਕੱਲੇ ਕੱਲੇ ਜਾਂ ਕੋਈ ਕੋਈ ਕੱਲਾ ਘਰ ਆ ਨਾ ਉਹ ਸਭ ਤੋਂ ਵੱਧ ਉਹਨਾਂ ਦਾ ਮਾੜਾ ਹਾਲ ਹੋਊਗਾ ਜਿੱਦਾਂ ਮਤਲਬ ਅੱਗੇ ਕੰਮ ਤੇ ਜਾਂਦੇ ਹੈਗੇ ਹੁਣ ਵਿਹਲੇ ਹੈਗੇ ਆ ਨਾ ਕੋਈ ਸੌਦਾ ਪੱਤਾ ਹੈਗਾ ਉਹ ਵੀ ਖਤਮ ਹੋ ਗਿਆ ਜਿੰਨਾ ਕੁ ਹੈਗਾ ਜੀ ਸਾਡੇ ਕੋਲ ਤੇ ਚਲੋ ਮਾੜਾ ਜੇ ਟਰਾਲੀ ਆ ਗਈ ਉਹ ਉਧਰ ਹੀ ਜਾਂਦਾ ਇੱਧਰ ਸਾਡੇ ਰੋਕਦੇ ਨੀ ਜਦੋਂ ਲੰਘਦਾ ਕੋਈ ਰੋਕਦੇ ਆ ਜੇ ਕਦੇ ਇੱਕ ਅੱਧੀ ਪੇਟੀ ਦੇ ਗਏ ਨਹੀਂ ਤਾਂ ਉਹ ਵੀ ਨਹੀਂ ਦਿੰਦੇ ਗੇ ਉਧਰ ਵੀ ਡੇਰੇ ਆ ਉਹਨਾਂ ਦਾ ਵੀ ਇਹੀ ਹਾਲ ਆ ਵਿਚਾਰਿਆਂ ਦਾ ਉਧਰ ਸਾਹਮਣੇ ਵੀ ਅੱਗੇ ਹਾਂਜੀ ਹਾਂਜੀ ਉਧਰ ਵੀਹ ਕੁ ਘਰ ਉਸ ਡੇਰੇ ਚ ਹੈਗੇ ਆ ਇੱਕ ਘਰ ਆ ਵਿਚਾਰਾ ਕੱਲਾ ਬੈਠਾ ਵਾ ਉਹਨਾਂ ਦਾ ਵੀ ਮੰਦਾ ਹਾਲ ਹੀ ਆ ਇੱਦਾਂ ਹੀ ਸਾਡੇ ਵਾਲਾ ਹੀ ਹਾਲ ਆ ਪ੍ਰਸ਼ਾਸਨ ਹਜੇ ਪਾਣੀ ਉਤਰ ਵੀ ਜਾਵੇ ਤੇ ਇਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਸਿਰ ਤੇ ਖੜੀਆਂ ਆ ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਆ ਜ਼ਿਆਦਾ ਮੁਸ਼ਕਲ ਵਧੀ ਆ ਹੁਣ ਪਾਣੀ ਗੰਦਾ ਹੋ ਗਿਆ ਵਾ ਹਾਂ ਹੁਣ ਮੰਨ ਲਓ ਆਪਣੇ ਲਾਈਟ ਆ ਵੀ ਜਾਂਦੀ ਆ ਬੋਰ ਆਪਾਂ ਚਲਾ ਵੀ ਲੈਂਦੇ ਹਾਂ ਬੋਰ ਦਾ ਪਾਣੀ ਪੀਣ ਲਾਇਕ ਨਹੀਂ ਹੋਣਾ ਵਾ ਜੀ ਅੱਗੇ ਪਿਛਲੀ ਵਾਰੀ ਜਦੋਂ ਪਾਣੀ ਆਇਆ ਮੁੰਡੇ ਸਾਡੇ ਨੇ ਇੱਕ ਨੇ ਪਾਣੀ ਪੀ ਲਿਆ ਜੀ ਤੇ ਉਹ ਹਫ਼ਤਾ ਮੰਜੇ ਤੋਂ ਨਹੀਂ ਉੱਠਿਆ ਜੀ ਉਲਟੀਆਂ ਕਰ ਕਰ ਮਰ ਗਿਆ ਉਹਨੂੰ ਇਲਾਜ ਕਰਾਉਣਾ ਪਿਆ ਉਹਦਾ ਵਿਚਾਰੇ ਦੇ ਸਾਡੀ ਫਿਰ ਤੋਂ ਬੇਨਤੀ ਕਿ ਜਿਹੜੇ ਕੱਲੇ ਬੈਠੇ ਨੇ ਪ੍ਰਸ਼ਾਸਨ ਜੰਗੀ ਪੱਧਰ ਤੇ ਇਹਨਾਂ ਲੋਕਾਂ ਕੋਲ ਪਹੁੰਚੇ ਸਾਡੀ ਇਹ ਜ਼ਰੂਰੀ ਬੇਨਤੀ ਆ ਸੋ ਇਹ ਗੱਲ ਫਿਰ ਉਹੀ ਆ ਕਿ ਅਸੀਂ ਵਲੌਗਿੰਗ ਕਰਦੇ ਹਾਂ ਆਪਾਂ ਹੈਗੇ ਯੂਟਿਊਬਰ ਹਾਂ ਪਰ ਯਾਰ ਸਾਡੀ ਯੂਟਿਊਬਿੰਗ ਦਾ ਕੋਈ ਜਿਹੜਾ ਮਕਸਦ ਆ ਨਾ ਉਹ ਹੈ ਉਹ ਚੀਜ਼ ਦਿਖਾ ਲੈਣ ਦਾ ਜਿਹੜੀ ਮੇਨ ਸਟਰੀਮ ਮੀਡੀਆ ਨਹੀਂ ਦਿਖਾ ਰਿਹਾ ਕਿਉਂਕਿ ਮੇਨ ਸਟਰੀਮ ਮੀਡੀਆ ਦੀ ਪਹੁੰਚ ਬਹੁਤ ਆ ਉਹ ਦਿਖਾਲਦੇ ਬਹੁਤ ਕੁਛ ਆ ਅਸੀਂ ਇਹ ਨਹੀਂ ਕਹਿੰਦੇ ਦੋਸ਼ ਕਿਸੇ ਨੂੰ ਨਹੀਂ ਦਿੰਦੇ ਪਰ ਕੁਛ ਚੀਜ਼ਾਂ ਰਹਿ ਜਾਂਦੀਆਂ ਸਾਰੀਆਂ ਚੀਜ਼ਾਂ ਸਾਰੇ ਲੋਕ ਕਵਰ ਨਹੀਂ ਕਰ ਸਕਦੇ ਜਿੱਥੇ ਤੱਕ ਸਾਡੀ ਆਵਾਜ਼ ਪਹੁੰਚ ਰਹੀ ਆ ਪਲੀਜ਼ ਇਹਨੂੰ ਜਿਹੜਾ ਆ ਉਹ ਜ਼ਰੂਰ ਜਿਹੜਾ ਆ ਉਹ ਇਹਨਾਂ ਲੋਕਾਂ ਤੱਕ ਜਿਹੜਾ ਆ ਲੋਕਾਂ ਨੂੰ ਇੱਥੇ ਤੱਕ ਪਹੁੰਚ ਕਰੋ ਔਰ ਪ੍ਰਸ਼ਾਸਨ ਨੂੰ ਜ਼ਰੂਰੀ ਬੇਨਤੀ ਹੈ ਕਿ ਪਲੀਜ਼ ਇਹਨਾਂ ਲੋਕਾਂ ਦੀ ਸਾਥ ਲਵੋ ਬਹੁਤ ਇਹ ਤੁਹਾਡਾ ਪਿੰਡ ਕਿਹੜਾ ਹੈ ਜੀ ਇਹ ਪਿੰਡ ਮੁੰਡੀ ਕਾਲੂ ਜੀ ਮੁੰਡੀ ਕਾਲੂ ਜੀ ਜੀ ਤੇ ਇੱਥੇ ਜੀ ਕੀ ਦਿੱਕਤ ਕੀ ਆ ਆਪਣੇ ਇੱਥੇ ਵੀ ਇੱਥੇ ਹੁਣ ਸਾਨੂੰ ਮਤਲਬ ਵੀ ਪਾਣੀ ਨੇ ਘੇਰੇ 'ਚ ਆ ਗਏ ਹਾਂ ਸਾਡਾ ਜਿਹੜਾ ਐਡਵਾਂਸ ਬੰਨ ਵੱਜਾ ਉਹ ਟੁੱਟ ਗਏ ਤੇ ਪਾਣੀ ਭਰ ਗਿਆ ਘਰਾਂ 'ਚ ਵੀ ਭਰ ਗਿਆ ਦਾਣਾ ਫੱਕਾ ਸਾਡਾ ਜਿਹੜਾ ਮਤਲਬ ਡੁੱਬ ਗਿਆ ਭਿੱਜ ਗਿਆ ਤੇ ਡੰਗਰ ਵੱਛਾ ਕੁਛ ਵਿੱਚੋਂ ਮਰ ਵੀ ਗਏ ਵਿੱਚੋਂ ਡੰਗਰ ਕੋਈ ਡੰਗਰ ਸਾਡੇ ਪਿੰਡ ਅਜੇ ਵੀ ਮੌਜੂਦ ਨੇ ਕੁਛ ਡੰਗਰ ਅਸੀਂ ਬਾਹਰ ਪਾਸੇ ਕੱਢ ਦਿੱਤੇ ਨੇ ਤੇ ਬਾਕੀ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਵੀ ਇੱਥੇ ਮਾਇਤ ਨਹੀਂ ਹੋ ਰਹੀ ਵੀ ਜਿਹੜੀ ਵੀ ਕੋਈ ਕਰਦਾ ਵਾ ਸਾਡੀ ਸੰਗਤ ਆਪਣੇ ਜਿਹੜੇ ਕੋਈ ਭੈਣ ਭਰਾ ਆਉਂਦੇ ਨੇ ਪਾਸਿਓਂ ਉਹ ਪਾਣੀ ਦਾ ਕੋਈ ਰਾਸ਼ਨ ਦਾ ਇੱਥੇ ਪਹੁੰਚਾਉਂਦੇ ਨੇ ਸਾਨੂੰ ਇਹ ਕੁਛ ਸਾਡਾ ਮਤਲਬ ਵੀ ਇਹ ਆ ਵੀ ਜ਼ਿਆਦਾ ਕਰਕੇ ਸਾਨੂੰ ਇਹਦੀ ਤੰਗੀ ਆ ਵੀ ਸਾਨੂੰ ਭੈਣ ਭਰਾ ਜਿੰਨੇ ਆ ਵੀ ਸਾਡਾ ਜਿਹੜਾ ਐਡਵਾਂਸ ਬੰਨ ਆ ਵੀ ਸਾਡੀ ਉਹਦੀ ਮਦਦ ਕਰਨ ਤੇ ਸਾਡਾ ਬਚਾਅ ਹੋ ਸਕਦਾ ਨਹੀਂ ਤੇ ਸਾਡਾ ਕੋਈ ਬਚਾਅ ਨਹੀਂ ਗਾ ਤੁਸੀਂ ਜਿਹੜਾ ਇਹ ਬੰਨ ਹੈ ਤੁਸੀਂ ਇੱਥੇ ਇਹਦੇ ਬਾਰੇ ਕਦੇ ਪ੍ਰਸ਼ਾਸਨ ਨੂੰ ਗੱਲ ਨਹੀਂ ਕਰੀ ਵੀ ਇਹ ਜਿਹੜਾ ਯਾਰ ਇਹਦਾ ਕੋਈ ਇਹਨੂੰ ਖਾਲੀ ਇਹਨੂੰ ਸਾਫ਼ ਕਰਾਓ ਦਰਿਆ ਨੂੰ ਇਹਨੂੰ ਥੋੜਾ ਬਹੁਤ ਸਾਡਾ ਕੋਈ ਇਹ ਕਦੇ ਕਰਦੇ ਨੀ ਲੋਕੀ ਜਾਂ ਸੁਣਦੇ ਕੋਈ ਨੀ ਸੁਣਾਈ ਕੋਈ ਨੀ ਸਾਡੀ ਸੁਣਵਾਈ ਕੋਈ ਨੀ ਇੱਥੇ ਕਰਦੇ ਅਸੀਂ ਤੇ ਮਿੰਨਤਾਂ ਕਰਦੇ ਹਾਂ ਸਾਡਾ ਹੋਵੇ ਕੋਈ ਪਰ ਨਹੀਂ ਸੁਣਾਈ ਕੋਈ ਨੀ ਹਰ ਵਾਰ ਡੁੱਬਣਾ ਪੈਂਦਾ ਮੇਰੇ ਖਿਆਲ ਨੇ ਪੰਜ ਮਾ ਕੇ ਛੇ ਅਸੀਂ 19 ਚ ਵੀ ਡੁੱਬ ਗਏ ਆ ਤੇ ਹੁਣ ਫੇਰ ਡੁੱਬ ਗਏ ਆ ਹਾਂ 8 ਚ ਆਇਆ 8 ਚ ਵੀ ਡੁੱਬੇ ਆ 88 ਚ ਵੀ ਡੁੱਬੇ ਆ ਉਦੋਂ ਤੇ ਪਾਣੀ ਜ਼ਿਆਦਾ ਸੀ ਪਰ ਹੁਣ ਜਿਹੜਾ ਪਾਣੀ ਆਇਆ ਇਹ 88 ਨਾਲੋਂ ਜ਼ਿਆਦਾ ਆਇਆ ਅੱਛਾ 88 ਨਾਲੋਂ ਵੱਧ ਆਇਆ ਵੱਧ ਆਇਆ ਵੱਧ ਯਾਰ ਇਹ ਲੋਕ ਤੰਗ ਨੇ ਇਹਨਾਂ ਨੂੰ ਪੀਣ ਦੇ ਪਾਣੀ ਦੀ ਸਭ ਤੋਂ ਵੱਡੀ ਕਿੱਲਤ ਆ ਜਿਹੜੀ ਪਿਛਲੇ ਮੈਂ ਪੂਰੇ ਦੇਖ ਲਈ ਆ ਔਰ ਇਹਨਾਂ ਦੇ ਪੀਣ ਦੇ ਪਾਣੀ ਦੀ ਸਭ ਤੋਂ ਵੱਡੀ ਤੰਗੀ ਆ ਇਹਨਾਂ ਦੇ ਪਸ਼ੂਆਂ ਨੂੰ ਜਿਹੜਾ ਚਾਰਾ ਲੈ ਕੇ ਆ ਰਿਹਾ ਮੈਂ ਬੇਨਤੀ ਕਰ ਦਵਾਂ ਯਾਰ ਕੁਤਰ ਕੇ ਲਿਆਓ ਪੱਠੇ ਜਿਹੜੇ ਲਾਗੇ ਛਾਗੇ ਦੇ ਲੋਕ ਆ ਨਾ ਉਹ ਕੁਤਰ ਕੇ ਲਿਆਇਆ ਕਰੋ ਪੱਠੇ ਜਿਹੜਾ ਨਾ ਉੱਪਰ ਜਿਵੇਂ ਥੱਲੇ ਪਾਣੀ ਆ ਗਿਆ ਉੱਪਰ ਤੂੜੀ ਬਚੀ ਆ ਉਹਦਾ ਕਰਕੇ ਕੋਈ ਪੈਦਾ ਹੋ ਜਾਂਦਾ
ਹੁਣ ਉਦੋਂ ਭਗਵੰਤ ਮਾਨ ਸਾਹਿਬ ਆਏ ਅਸੀਂ ਸਾਰਾ ਜਿੰਨਾ ਵੀ ਪਰਿਵਾਰ ਸਾਡਾ ਸਾਰਾ ਇੱਥੇ ਨਿਕਲ ਕੇ ਅਸੀਂ ਆਵਾਜ਼ਾਂ ਮਾਰਦੇ ਰਹੇ। ਮੀਡੀਆ ਕੋਲੇ 2 ਮਿੰਟ ਖਲੋਤੇ ਤੇ ਚਲੇ ਗਏ। ਯਾਰ ਸਾਡੀ ਵੀ ਕੋਈ ਦੁੱਖ ਸੁਣਦੇ ਕਿ ਆਵੇ ਪਾਣੀ ਖਲੋਤਾ ਸਾਰੇ ਬੰਨੇ ਨਿਕਲ ਗਿਆ, ਸਾਡਾ ਕਿੱਧਰ ਜਾਊਗਾ? ਸਾਡੇ ਵੀ ਛੋਟੇ ਛੋਟੇ ਬੱਚੇ ਆ। ਤੁਹਾਡੇ ਉਹ ਵਾਲੇ ਬੰਨੇ ਕਿਹੜੇ ਘਰ ਨੇ ਜੀ? ਉਹ ਆ ਸਾਰਾ ਦਿਖਾਇਓ ਮਾੜਾ ਯਾਰ, ਪਲੀਜ਼ ਆ ਕੈਮਰੇ ਤੇ ਦਿਖਾਇਓ। ਉਹ ਦੇਖਿਓ ਯਾਰ, ਉਹ ਸਾਹਮਣੇ ਡੇਰਾ ਦੇਖ ਰਿਹਾ ਤੁਸੀਂ, ਉਹ ਵਾਲੇ ਘਰ ਨੇ। ਮੈਂ ਪਿੱਛੋਂ ਇਹੀ ਗੱਲ ਕਰਦਾ ਆ ਰਿਹਾ ਸੀ, ਧਿਆਨ ਨਾਲ ਧਿਆਨ ਨਾਲ ਧਿਆਨ, ਅਸੀਂ ਉਹੀ ਦੇਖ ਰਿਹਾ ਸੀ ਕਿ ਇਹਨਾਂ ਲੋਕਾਂ ਤੱਕ ਕੌਣ ਪਹੁੰਚ ਕਰੇਗਾ ਤੇ ਕਿੱਦਾਂ, ਮਤਲਬ ਬੱਚੇ ਔਰ ਮਾਤਾਵਾਂ ਜਿਹੜੀਆਂ ਘਰਾਂ 'ਚ ਨੇ, ਭੈਣਾਂ ਨੇ, ਉਹ ਕਿੰਨੀਆਂ ਤੰਗ ਹੋਣਗੀਆਂ। ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਆ ਵਾਸ਼ਰੂਮ ਟੋਇਲਟ ਜਾਣ ਦੇ ਲਈ, ਹਨਾ, ਸਾਫ਼ ਪਾਣੀ ਨਹੀਂ ਹੋਏਗਾ। ਕਿਉਂਕਿ ਇੱਕ ਮੇਰੀ ਗੱਲ ਦੇਖ ਲਓ, ਇੱਥੇ ਕਿਉਂਕਿ ਹੁਣ ਮੋਟਰਾਂ ਵੀ ਨਹੀਂ ਚੱਲਣੀਆਂ ਹੈਗੀਆਂ, ਉਹ ਪਾਣੀ ਵੀ ਗੰਦਾ ਆਉਣਾ ਆ ਥੱਲਿਓਂ ਹਜੇ, ਹਨਾ, ਬੋਰਾਂ 'ਚ ਪਾਣੀ ਪੈ ਗਿਆ। ਆਹ ਪਾਣੀ ਗੰਦੇ ਸਾਰੇ, ਇਹ ਪਾਣੀ ਗੰਦਾ ਵਾ, ਇਹਨੇ ਭੜਾਸ ਮਾਰਨੀ ਹੁਣ, ਇਹਨੇ ਮੱਛਰ ਬਿਮਾਰੀਆਂ ਸਾਰਾ ਕੁਝ ਲੱਗਣੀਆਂ। ਘਰਾਂ ਸਾਡਿਆਂ ਦੇ ਵਿੱਚ 10-10 ਫੁੱਟ ਪਾਣੀ ਸੀ, ਉੱਥੇ ਅੱਜ ਤੱਕ ਕੋਈ ਵੜਿਆ ਨਹੀਂ, ਹੋਵੇ ਉੱਪਰ ਬੈਠਿਆ ਸੀ, ਕੋਠਿਆਂ ਤੇ ਚੜ ਕੇ ਬੈਠਿਆ। ਮੈਂ ਪਰਿਵਾਰ ਲੈ ਕੇ ਆਇਆ, ਜਾ ਕੇ ਆਪਦਾ ਰਿਸ਼ਤੇਦਾਰਾਂ ਰੋਂਦੇ ਬੱਚੇ ਕਿ ਮਲਾਉਣ ਨੂੰ ਲਿਆਇਆ, ਕੇਕ ਨਾਲ ਮਲਾ ਕੇ ਲੈ ਜਾ। ਯਾਰ ਸਾਡਾ ਕਿਸੇ ਨੇ ਇੱਥੇ ਹਾਲ ਚਾਲ ਹੀ ਨਹੀਂ ਪੁੱਛਿਆ। ਭਗਵੰਤ ਮਾਨ ਸਾਹਿਬ ਉਸ ਤਰ੍ਹਾਂ ਤੇ ਆਉਂਦੇ, ਅਸੀਂ ਘਰਾਂ 'ਚ ਬਹਿ ਕੇ ਅਸੀਂ ਸਾਰਿਆਂ ਨੂੰ ਦੁੱਖ ਸੁੱਖ ਸੁਣ ਕੇ ਆਏ ਹਾਂ, ਇੱਥੇ ਕੀ ਗੱਲ? ਸਾਡਾ ਨਹੀਂ 2 ਮਿੰਟ ਸੁਣ ਸਕਦੇ? ਸਾਰਿਆਂ ਲੋਕਾਂ ਦਾ ਸੁਣਿਆ, ਸਾਡਾ ਵੀ ਸੁਣਦੇ ਕਿ ਬਾਈ ਕੀ ਪ੍ਰੋਬਲਮ ਆ ਤੁਹਾਨੂੰ, ਕੀ ਸਮੱਸਿਆ ਤੁਹਾਨੂੰ? ਉਹ ਉੱਥੇ ਪੁੱਲ ਤੇ ਖਲੋ ਕੇ ਕਹਿਤਾ ਕਿ ਮੇਰੇ ਵੀ 10 ਕਿੱਲੇ ਡੁੱਬਦੇ ਆ। ਜੇ ਬਾਈ ਤੇਰੇ ਡੁੱਬਦੇ, ਤੈਨੂੰ ਹੋਣਾ ਚਾਹੀਦਾ ਕਿ ਜ਼ਿਮੀਦਾਰ ਦੀ ਫਸਲ ਮਰ ਜਾਏ, ਜ਼ਿਮੀਦਾਰ ਦੇ ਪੱਲੇ ਕੀ ਰਹਿੰਦਾ? ਇਹਨਾਂ ਛੱਡਿਆ ਕੀ ਆ ਯਾਰ, ਸਰਕਾਰ ਦੀ ਲਲਾਇਕੀ ਦਾ ਕਰਕੇ ਆ ਦੇਖ ਲਓ, ਇੱਥੇ ਪਾਣੀ ਖਲੋਤਾ ਤੇ ਦਰਿਆ ਸੁੱਕਾ ਪਿਆ ਵਾ, ਦਰਿਆ ਦੇ ਵਿੱਚ ਪਾਣੀ ਖਾਲੀ ਆ, ਕਿ ਇੱਥੇ ਆ ਜਿਹੜੇ ਜ਼ਮੀਨਾਂ ਵਾ ਉਹਦੇ ਵਿੱਚ ਪਾਣੀ ਖਲੋਤਾ? ਆਂਦੇ ਹਰ ਸਾਲ 46,000 ਕਰੋੜ ਸਾਲ ਦਾ ਆਉਂਦਾ ਤੇ ਉਹ ਕਿੱਧਰ ਜਾਂਦਾ? ਦਰਿਆ ਕਿਰਾਏ ਕਿਉਂ ਨਹੀਂ ਜਾਂਦੇ? ਜੇ ਯਾਰ ਕੋਈ ਮਦਦ ਤੇ ਕਰੇ, ਸਾਰੇ ਕਹਿਣ ਵਾਲੇ ਆ, ਕੋਈ ਕਰਨ ਵਾਲਾ ਕੋਈ ਨਹੀਂ। ਕਹਿੰਦੇ ਇਹ ਪਾਣੀ ਜਮ੍ਹਾਂ ਕਰੀ ਜਾਂਦੇ ਆ। ਬਾਈ ਜੇ ਤੂੰ ਅੱਜ 10 ਪੇਟੀਆਂ ਲੈ ਕੇ ਆਇਆ ਵਾ, ਤੂੰ ਅੱਜ ਲੈ ਕੇ ਆਇਆ, ਤੂੰ ਰੋਜ਼ ਥੋੜਾ ਆਉਣਾ? ਹੁਣ 10 ਪਾਣੀ ਲੱਥ ਕੇ ਕਿੰਨੇ ਆਉਣਾ? ਪਾਣੀ ਪੀਣ ਯੋਗ ਨਹੀਂ ਸਾਡਾ। ਲੋਕ ਜਿਹੜੇ ਸੜਕਾਂ ਦੇ ਬੈਠੇ ਆ, ਉਹਨਾਂ ਨੂੰ ਕਹੀ ਜਾਂਦੇ ਆ ਕਿ ਸੌਦਾ ਸਮਾਨ ਇਕੱਠਾ ਕਰਕੇ ਵੇਚਣ ਦਾ, ਜਿਹੜੇ ਵੇਚਣ ਦਾ ਉਹਨਾਂ ਨੂੰ ਵੇਖੋ ਬਾਈ, ਜਿਹੜੇ ਪਾਣੀ 'ਚ ਬੈਠੀ ਉਹ ਤਾਂ ਤੁਹਾਡੇ ਕੋਲੋਂ ਲੈਣ ਹੀ ਨਹੀਂ ਆਏ, ਨਾ ਤੁਸੀਂ ਪਹੁੰਚਾਇਆ। ਡੈਫੀਨੇਟਲੀ ਤੁਸੀਂ ਇੱਥੇ ਆਣ ਕੇ ਵੀਡੀਓ ਬਣਾ ਕੇ ਉੱਥੇ ਸੜਕਾਂ ਤੇ ਤੁਰ ਜਾਂਦੇ ਆ ਬਾਈ, ਉਹ ਚੀਜ਼ ਵੇਖੋ ਜਿਹੜਾ ਕਿਸੇ ਦੇ ਕੰਮ ਆਵੇ। ਯੈਸ, ਉਹਦਾ ਫਾਇਦਾ ਕੋਈ ਨਹੀਂ ਕਿ ਤੁਸੀਂ ਉੱਥੇ ਵੀਡੀਓ ਬਣਾ ਕੇ ਚਲ ਗਏ, ਕਿਸੇ ਗਰੀਬ ਨੇ ਪੈਸੇ ਦਿੱਤੇ ਆ ਕਿਸੇ ਦੀ ਮਦਦ ਕਰਨ ਵਾਸਤੇ। ਮਦਦ ਕਰੋ, ਕਰੋ ਢੰਗ ਤਰੀਕੇ ਨਾਲ, ਕਿ ਜਿਹੜਾ ਸਾਡੇ ਕਿਸੇ ਹੁਣ ਲੋੜਵੰਦ ਤੱਕ ਕਰਕੇ ਪਾਣੀ ਪਹੁੰਚੇ, ਕੋਈ ਦਵਾਈ ਦਾਰੂ ਪਹੁੰਚੇ, ਜਿਹੜੀ ਚੀਜ਼ ਆ ਚਾਰਾ ਪਹੁੰਚੇ, ਡੰਗਰ ਮਰ ਗਏ ਆ, ਕੋਈ ਆਵੇ ਹੁਣ ਡਾਕਟਰ ਆਏ ਆ ਮਾੜਾ ਚੰਗਾ ਵੇਖ ਕੇ ਗਏ, ਚੀਜ਼ ਉਹਦਾ ਕਰੋ ਇੰਤਜ਼ਾਮ ਜਿਹਦਾ ਸਾਨੂੰ ਫਾਇਦਾ ਹੋਵੇ, ਉਹਦਾ ਨਾ ਕਰੋ ਕਿ ਤੁਸੀਂ ਆਪਾਂ ਫੋਟੋਆਂ ਖਿਚਾਉਣੀਆਂ, ਲੰਗਰ ਬਣਾ ਕੇ ਲੈ, ਲੰਗਰ ਤਾਂ ਇੱਥੇ ਵਧੀਆ ਘਰੇ ਰੋਟੀ ਪਕਾ ਕੇ ਕੋਠੇ ਤੇ ਪਕਾ ਕੇ ਖਾ ਹੀ ਲੈਂਦੇ ਹਾਂ, ਰੋਟੀ ਦੀ ਜਦੋਂ ਲੋੜ ਹੋਈ ਰੋਟੀ ਦੀ ਦੱਸ ਦਾਂਗੇ। ਸਾਡਾ ਪਾਣੀ ਕੱਢੋ ਕਿਸੇ ਬੰਨੇ, ਪਾਣੀ ਨਿਕਲ ਜੇ, ਸਾਨੂੰ ਸਭ ਤੋਂ ਵੱਡੀ ਦਿੱਕਤ ਪਾਣੀ ਦੀ ਹੈ, ਪਾਣੀ ਦੀ ਸਮੱਸਿਆ ਬਾਈ। ਜਦੋਂ ਰੋਟੀ ਹੱਥੋਂ ਖੋਈ ਜਾਵੇ ਨਾ, ਉਹ ਤੋਂ ਜ਼ਮੀਨ ਸਮਾਨ ਇੱਕ ਹੁੰਦਾ, ਗੱਲ ਕਰਨੀ ਬੜੀ ਸੌਖੀ ਆ, ਬਹੁਤ ਸੌਖਾ। ਬਿਲਕੁਲ ਬਿਲਕੁਲ, ਆ ਸਾਡੇ ਹਾਲ ਵੇਖੋ, ਆ ਪਾਣੀ ਜਿਹੜੇ ਰਹਿ ਰਹੇ ਨੇ ਲੋਕੀ ਉਹ ਕਿੰਨੇ ਤੰਗ ਨੇ, ਮੈਂ ਦੱਸ ਦਵਾਂ ਇਹਦੇ ਪ੍ਰੋਬਲਮ ਪਤਾ ਕੀ ਆ, ਸੁਣੋ ਇਦਾਂ। ਆ ਹੈ ਉਹ ਪਾਸਾ ਜਿਹੜੇ ਪਾਸੇ ਦਰਿਆ ਆ, ਇਹ ਦਰਿਆ ਵਾਲਾ ਪਾਸਾ ਆ, ਦਰਿਆ ਦੇ ਆਪਾਂ ਹੁਣ ਜਦੋਂ ਪਾਣੀ ਆਇਆ ਸੀ ਨਾ, ਤੇ ਆ ਦੇਖੋ ਜੀ ਇੱਥੇ ਬੰਨ ਮਾਰ ਦਿੱਤਾ ਗਿਆ, ਆ ਬੰਨ ਹੈ, ਠੀਕ ਹੈ ਜੀ, ਇਹ ਬੰਨ ਮਾਰ ਦਿੱਤਾ ਗਿਆ। ਜਿਹੜੇ ਤਾਂ ਹੈਗੇ ਇਧਰਲੇ ਪਾਸੇ ਵਾਲੇ ਪਿੰਡ, ਜਿੱਧਰ ਬੰਨ ਦੇ ਦੂਏ ਪਾਸੇ ਵਾਲੇ, ਹਨਾ, ਉਹ ਤਾਂ ਹੁਣ ਥੋੜਾ ਜਿਹਾ ਉਹਨਾਂ ਨੂੰ ਆਸਰਾ ਹੋਣਾ ਸ਼ੁਰੂ ਹੋ ਗਿਆ ਆ, ਇਹਨਾਂ ਦਾ ਬਚਾਅ ਹੋਣਾ ਸ਼ੁਰੂ ਹੋ ਗਿਆ। ਦੇਖੋ ਪਾਣੀ ਲੱਥ ਗਿਆ ਆ, ਹਜੇ ਝੋਨੇ ਇਹਨਾਂ ਦੇ ਲੱਗ ਜਾਣੇ ਆ, ਆਹ ਦੇਖ ਸਕਦੇ ਤੁਸੀਂ, ਇਹਨਾਂ ਦਾ ਬਚਾਅ ਹੋ ਚੁੱਕਾ ਹੈ। ਪਰ ਆਪਣੀ ਸਮੱਸਿਆ ਪਤਾ ਕੀ ਹੈ, ਆ ਜਾਓ ਮੈਂ ਦੱਸਦਾ, ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੇ ਬੰਨ ਦੇ ਇਧਰਲੇ ਪਾਸੇ ਦਰਿਆ ਦੇ ਨਾਲ ਰਹਿੰਦੇ ਲੋਕ ਆ, ਇਹ ਸਮੱਸਿਆ ਆ, ਤੇ ਇਹ ਵਿਚਾਰਿਆਂ ਨੂੰ ਪ੍ਰੋਬਲਮ। ਤੇ ਦੂਸਰੀ, ਜਿਹੜੇ ਪਿੰਡੋਂ ਬਾਹਰ ਇਕੱਲੇ ਦਿਕੱਲੇ ਰਹਿੰਦੇ, ਚਾਹੇ ਉਹ ਕੋਈ ਡੇਰੇ ਤੇ ਰਹਿ ਰਿਹਾ ਜਾਂ ਕੋਈ ਪਿੰਡੋਂ ਬਾਹਰ ਕੋਈ ਕਿਸੇ ਦਾ ਵਿਚਾਰੇ ਦਾ ਘਰ ਆ, ਉਹ ਤੰਗ ਨੇ। ਤੇ ਇੱਥੋਂ ਤੱਕ ਕਿ ਜੀ ਲੋਕਾਂ ਦੇ ਯਾਰ ਘਰ ਵੀ ਹੜ ਗਏ ਨੇ ਇਸ ਹੜ ਦੇ ਵਿੱਚ। ਸੋਚੋ ਆਪਾਂ ਰਾਤ ਨੂੰ ਜਿਸ ਘਰ 'ਚ ਸੁੱਤੇ ਹਾਂ, ਪਾਣੀ ਆ ਗਿਆ, ਉਹ ਰੋੜ ਕੇ ਲੈ ਜਾਵੇ ਉਸ ਘਰ ਨੂੰ, ਆਹ ਦਿੱਕਤ ਹੈ। ਵੀਡੀਓ ਬਣਾ ਦੇਣਾ, ਵੀਡੀਓ ਪਾ ਦੇਣਾ, ਉਹ 'ਚ ਗੱਲ ਕਰ ਦੇਣਾ, ਖਬਰ ਦੇ ਦੇਣਾ ਮੀਡੀਏ 'ਤੇ, ਯਾਰ ਉਹ ਸ਼ਾਇਦ ਬਹੁਤ ਸੌਖਾ ਆ। ਕਦੇ ਸੋਚੋ ਕਿ ਅਸੀਂ ਸੁੱਤੇ ਹਾਂ, ਸਾਡਾ ਪਰਿਵਾਰ ਸੁੱਤਾ, ਇੱਕ ਪਿੰਡ ਹੈ ਇੱਥੇ ਲਾਗੇ, ਉੱਥੇ ਇੱਕ ਮੁੰਡਾ ਹੜ ਗਿਆ ਯਾਰ, ਹਲਾ ਪਸ਼ੂ ਹੜ ਗਿਆ ਨੇ ਲੋਕਾਂ ਦੇ। ਸੋ ਪਲੀਜ਼ ਸਾਡੀ ਬੇਨਤੀ ਹੈ, ਬਹੁਤ ਜਿਹੜਾ ਆ ਜਿਹੜੇ ਵੀ ਲੋਕ ਵੀਡੀਓ ਦੇਖ ਰਹੇ ਆ, ਹੱਥ ਬੰਨ ਬੇਨਤੀ, ਜਿਹੜੇ ਸੇਵਾ ਲਈ ਆ ਰਹੇ ਨੇ ਇੱਥੇ, ਪਹਿਲੇ ਨੰਬਰ 'ਤੇ ਜੀ ਪਾਣੀ ਵਧੀਆ ਲੈ ਕੇ ਆਇਓ, ਨੰਬਰ 2 'ਤੇ ਇਹਨਾਂ ਲੋਕਾਂ ਜਿਹੜੇ ਨਾ ਇਕੱਲੇ ਦਿਕੱਲੇ ਆ, ਇੱਥੇ ਆ ਕੇ ਨਾ ਸੰਪਰਕ ਕਰ ਲਿਆ ਕਰੋ, ਪਿੰਡਾਂ ਦੀਆਂ ਪੰਚਾਇਤਾਂ ਪੁੱਛ ਲਓ ਆਹ ਕਿਹੜਾ ਪਿੰਡ ਆ, ਆਹ ਕਿਹੜਾ ਆ, ਫਿਰ ਉੱਥੇ ਆ ਕੇ ਨਾ ਇੱਕ ਇੱਦਾਂ ਨਾ ਕਿ ਬੰਨ 'ਤੇ ਤੁਸੀਂ ਚੜ੍ਹ ਗਏ
ਤੇ ਬਸ ਇਦਾਂ ਜਿਹੜੇ ਰਾਜ ਲੋਕੀ ਤੁਰੇ ਜਾਂਦੇ ਆ ਬਸ ਇਦਾਂ ਫੜਾਉਂਦੇ ਜਾਈਏ ਆਪਾਂ ਬੋਟਲ ਆਪਾਂ ਬੋਟਲਸ ਨਾ ਫੜਾਈਏ ਮੇਰੀ ਬੇਨਤੀ ਆ ਆਪਾਂ ਪੱਠਿਆਂ ਦੀ ਭਰੀ ਨਾ ਸਿੱਟੀਏ ਮੇਰੀ ਗੱਲ ਤੁਹਾਨੂੰ ਕੌੜੀ ਲੱਗ ਸਕਦੀ ਪਰ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਅਸੀਂ ਸਾਡਾ ਮਕਸਦ ਤੁਹਾਡੀ ਸੇਵਾ ਤੇ ਉਂਗਲ ਨਹੀਂ ਚੱਕ ਰਿਹਾ ਤੁਸੀਂ ਸੇਵਾ ਜ਼ਰੂਰ ਕਰੋ ਪਰ ਜਿਹੜੇ ਵੀ ਆਉਣੇ ਆ ਪਲੀਜ਼ ਪੁੱਛ ਲਿਆ ਕਰੋ ਯਾਰ ਵੀ ਤੁਹਾਡੇ ਤੱਕ ਕੋਈ ਪਾਣੀ ਪਹੁੰਚਿਆ ਇੱਥੇ ਉਹ ਲੋਕ ਨੇ ਜਿਨ੍ਹਾਂ ਤੱਕ ਬਹੁਤ ਕੁਛ ਚਲਾ ਗਿਆ ਆ ਪਿੰਡਾਂ ਵਿੱਚ ਜਾਈ ਜਾ ਰਿਹਾ ਆ ਉਹਨਾਂ ਨੂੰ ਦਿੱਕਤ ਨਹੀਂ ਗੀ ਪਰ ਆਹ ਦੇਖੋ ਔਖੇ ਰਿਹਾ ਪਾਣੀ ਪੀਣ ਵਾਲਾ ਵੀ ਹੈ ਨਹੀਂ ਵਾਲਾ ਵੀ ਹੈ ਨਹੀਂ ਬੜੇ ਔਖੇ ਰਹੇ ਹੁਣ ਭਗਵੰਤ ਮਾਨ ਸਾਹਿਬ ਆਏ ਆ ਜਾਂ ਤਾਂ ਇਤਨਾ ਕਰਦੇ ਕਿ ਭਾਈ ਜਿਹੜੇ ਮਾਰ ਹੇਠ ਜਿਹੜੇ ਇਲਾਕੇ ਆਉਂਦੇ ਉਹਨਾਂ ਦੇ ਕਰਜ਼ੇ ਲਵਾ ਦਈਏ ਹੁਣ ਬੈਂਕਾਂ ਵਾਲਿਆਂ ਦੇ ਫੋਨ ਲਾਉਣੇ ਸ਼ੁਰੂ ਕਰ ਲਏ ਕਿ ਭਾਈ ਤੇਰੀ ਫਲਾਨੀ ਕਿਸ਼ਤ ਆ ਗਈ ਟਿੰਗੜੀ ਕਿਉਂਕਿ ਅੱਜ ਕੱਲ੍ਹ ਹਰ ਇੱਕ ਬੰਦੇ ਨੇ ਸਰਕਲ ਚਲਾਇਆ ਬਾਈ ਕੋਈ ਕਿਸੇ ਨਾ ਕਿਸੇ ਬਹਾਨੇ ਕੋਈ ਕਿਸੇ ਨੇ ਲਿਮਟ ਚੁੱਕੀ ਕਿਸੇ ਨੇ ਕੁਛ ਕੀਤਾ ਹੁਣ ਆ ਇਸ ਹਾਲਤ ਦੇ ਵਿੱਚ ਮਰ ਗਏ ਅਸੀਂ ਲਾੜਤੀਆਂ ਦੇ ਪੈਸੇ ਸਿਰ ਤੇ ਚੜ ਗਏ ਦੱਸੋ ਕਿੱਧਰ ਨੂੰ ਜਾਵਾਂਗੇ ਫੋਨ ਤੇ ਸੜਕ ਤੇ ਬੈਠੇ ਆ ਬਾਈ ਗੱਲ ਕਰਨੀ ਸੌਖੀ ਤਾਂ ਬਿਲਕੁਲ ਗੱਲ ਕਰਨੀ ਇਹ ਜਦੋਂ ਥੋੜਾ ਜਿਹਾ ਵੀ ਫੀਲ ਕਰਕੇ ਸੋਚੋ ਕਿ ਯਾਰ ਉਹ ਕੀ ਮਹਿਸੂਸ ਹੁੰਦਾ ਉਹ ਸਾਨੂੰ ਜਦੋਂ ਕੋਈ ਦਾਣਾ ਪੱਕਾ ਨਹੀਂ ਰਿਹਾ ਸਾਡਾ ਤੂੜੀ ਸਾਲ ਦੀ ਸਾਂ 20 ਸਾਲ ਦੇ ਦਾਣੇ ਸਾਂਦੇ ਹੀ ਕਿ ਅਸੀਂ ਫਸਲ ਸਾਰਾ ਕੁਝ ਕਰ ਲਿਆ ਖਰਚੇ ਵੀ ਕਰ ਲਈ ਯਾਰ ਘਰੇ ਬੱਚਿਆਂ ਦਾਣੇ ਵੀ ਨਹੀਂ ਬੱਚੇ ਕੋਈ ਨਹੀਂ ਯਾਰ ਕੁਝ ਵੀ ਨਹੀਂ ਨੁਕਸਾਨ ਸਾਰਿਆਂ ਦਾ ਹੋਇਆ ਮੈਂ ਨਹੀਂ ਆਂਦਾ ਮੇਰਾ ਇਕੱਲੇ ਦਾ ਹੋਇਆ ਮੈਂ ਨਾ ਸਾਰਿਆਂ ਦਾ ਨੁਕਸਾਨ ਹੋਇਆ ਸੋਚੋ ਇਸ ਹਿਸਾਬ ਨਾਲ ਤੁਸੀਂ ਸਮਝਦਾਰ ਆ ਪੜ੍ਹੇ ਲਿਖੇ ਹੋ ਕਿਸ਼ਤੀ ਜਾਏ ਹੋ ਕਿਸ਼ਤੀ ਜਾਵੇ ਜਾਣੇ ਬੱਚੇ ਲੈ ਕੇ ਬਾਈ ਬੱਚਿਆਂ ਸਕੂਲ ਦੀ ਪੜ੍ਹਾਈਆਂ ਖਤਮ ਹੋ ਗਈਆਂ ਸਾਰਾ ਕੁਝ ਹੋ ਗਿਆ ਯਾਰ ਕੋਈ ਸਮਝ ਨਹੀਂ ਲੱਗਦੀ ਕਰਨਾ ਕਰਾਉਣਾ ਕੀ ਆ ਬੱਚਿਆਂ ਨੂੰ ਫਿਰ ਉਹਨੇ ਦੇ ਨਾਲ ਹੀ ਰਿਸ਼ਤੇਦਾਰਾਂ ਛੱਡਿਆ ਬਾਈ ਆਵੇ ਰਿਸ਼ਤੇਦਾਰਾਂ ਦੇ ਬੱਚੇ ਰੋਂਦੇ ਸੀ ਲੈ ਕੇ ਆਇਆ ਹੁਣ ਜਾ ਕੇ ਆਹ ਮਾਸੀ ਮੇਰੀ ਦਾ ਪੁੱਤ ਮਾਝੋਂ ਆਇਆ ਵਾ ਸਾਡੀ ਸੇਵਾ ਕੀਤੀ ਆਵੇ ਬੱਚੇ ਰੋਂਦੇ ਸੀ ਸਾਨੂੰ ਅਸੀਂ ਘਰੇ ਜਾਣਾ ਦੱਸੋ ਕੀ ਕਰੀਏ ਤੁਸੀਂ ਸਮਝਦਾਰ ਆ ਬੱਚੇ ਨਹੀਂ ਦਿਲ ਲਾਉਂਦੇ ਮੈਨੂੰ ਪਤਾ ਹਾਂ ਆਹ ਚੀਜ਼ਾਂ ਬਾਈ ਹੁਣ ਆਹ ਪਾਣੀ ਸਾਡਾ ਕੋਈ ਕਿਸੇ ਬੰਨੇ ਸਮੱਸਿਆ ਕਰਦੇ ਸਾਡੇ ਕੋਈ ਕਰਜ਼ੇ ਕੁਰਜ਼ੇ ਦਾ ਮਸਲਾ ਜੇ ਭਗਵੰਤ ਮਾਨ ਨੇ ਕਰਨਾ ਸਮਾਜ ਦਾ ਭਲਾ ਨਾ ਵੀ ਦੇਵੇ ਕਰਜ਼ੇ ਲਵਾ ਦੇਵੇ ਸਾਡੇ ਖਾਲੀ ਕਰਾ ਦੇਵੇ ਯਾਰ ਸਾਨੂੰ ਮਾਲਜਾ ਤੇ ਅੱਗੇ 2019 ਦੇ ਮਾਲਜੇ ਨਹੀਂ ਮਿਲੇ ਕਈਆਂ ਨੂੰ ਮਿਲ ਗਏ ਇਹ ਨਹੀਂ ਕਿ ਸਾਰਿਆਂ ਨੂੰ ਨਹੀਂ ਮਿਲੇ ਕਈਆਂ ਦੇ ਰਹਿੰਦੇ ਆ ਤੇ ਕਈਆਂ ਨੂੰ ਮਿਲ ਗਏ ਆ ਕਈ ਦੁਗਨੇ ਤਿਗਨੇ ਚੁੱਕੇ ਇਤਨਾ ਹੀ ਟੋਪੀ ਡਰਾਮਾ ਕਰਕੇ ਯਾਰ ਕੋਈ ਇਮਾਨਦਾਰੀ ਵਾਲਾ ਅਫਸਰ ਲਾਓ ਜੇ ਤੁਸੀਂ ਇਹਨੇ ਇਮਾਨਦਾਰੀ ਦੀ ਸਰਕਾਰ ਇਮਾਨਦਾਰੀ ਦਾ ਅਫਸਰ ਲਾਓ ਕਿ ਜਿਹੜਾ ਫਾਇਦਾ ਹੋਵੇ ਸਾਰਿਆਂ ਨੂੰ ਨੁਕਸਾਨ ਬਾਈ ਸਾਰਿਆਂ ਦਾ ਬਹੁਤ ਹੋਇਆ ਮੇਰਾ ਇਕੱਲੇ ਦਾ ਨਹੀਂ ਹੋਇਆ ਨਾ ਮੈਂ ਕਹਿੰਦਾ ਮੇਰਾ ਇਕੱਲੇ ਦਾ ਹੋਇਆ ਵਾ ਮੈਂ ਤਾਂ ਨਾ ਰੱਬ ਸਾਰਾ ਸਾਰੀ ਸੰਗਤ ਦਾ ਭਲਾ ਕਰੇ ਪਰਮੇਸ਼ਰ ਸਭ ਨੂੰ ਰੋਟੀ ਦੇਵੇ ਰੋਟੀ ਨਾ ਕਿਸੇ ਦੀ ਕਹੋਵੇ ਨਾ ਧੀ ਪੁੱਤ ਕਿਸੇ ਦਾ ਨੁਕਸਾਨ ਜਾਵੇ ਨਾ ਫਸਲ ਕਿਉਂਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਰਾਤ ਦਿਨ ਨੀਂਦ ਨਹੀਂ ਆਉਂਦੀ ਬਾਈ ਗੱਲ ਕਰਨੀ ਸੌਖੀ ਆ ਰਗਾਂ ਸੁੱਕਦੀਆਂ ਵਾ ਪਰੇਸ਼ਾਨੀ ਆਉਂਦੀ ਆ ਕਿ ਹਰ ਵਕਤ ਪਰੇਸ਼ਾਨੀ ਦੇ ਵਿੱਚ ਕਮਲੇ ਹੋਏ ਫਿਰਦੇ ਸਾਡੀ ਕਣਕ ਬੀਜੀ ਜਾਣੀ ਕਿ ਨਹੀਂ ਬੀਜੀ ਜਾਣੀ ਹੁਣ ਇੱਧਰੋਂ ਆ ਜ਼ਮੀਨਾਂ ਸੋਗੀਆਂ ਝੋਨੇ ਲਾਈ ਪਏ ਲਾਉਣ ਹੁਣ ਸਾਨੂੰ ਜਿਹੜੇ ਕੋਈ ਸੱਜਣ ਮਿੱਤਰ ਤੁਹਾਡੇ ਵਰਗਾ ਭੈਣ ਭਰਾ ਪੁੱਛਦੇ ਆ ਜੇ ਤੁਹਾਡੀਆਂ ਜ਼ਮੀਨਾਂ ਸੋਗੀਆਂ ਝੋਨੇ ਲਵਾ ਦੀਆਂ ਕਿੱਥੇ ਲਾਈ ਪਾਣੀ 'ਚ ਲਾਈ ਜਾਣਗੇ ਬਾਈ ਹੁਣ ਚੀਜ਼ਾਂ ਤਾਂ ਇਹ ਆ ਕਿ ਹਰ ਬੰਨਿਓ ਮਾਰ ਪੈਂਦੀ ਆ ਹੁਣ ਉਹਨਾਂ ਦਾ ਹੱਲ ਸਰਕਾਰ ਸਮਝਦਾਰ ਪੜ੍ਹੇ ਲਿਖੇ ਇਨਸਾਨ ਆ ਇੱਥੇ ਬਹੁਤ ਜ਼ਿਆਦਾ ਕੋਈ ਮੇਰੇ ਤੋਂ ਮੈਂ ਤਾਂ ਚਲ ਆਪਣੇ ਆਪ 'ਚ ਹਰ ਇੱਕ ਬੰਦਾ ਸਿਆਣਾ ਬਣਦਾ ਕਿ ਬਹੁਤ ਪੜ੍ਹੇ ਲਿਖੇ ਆ ਇਹਦਾ ਹੱਲ ਕੀਤਾ ਜਾਵੇ ਬਾਈ ਕਿ ਹਰ ਇੱਕ ਬੰਦੇ ਨੂੰ ਜਿਹੜਾ ਉਹਦਾ ਬਣਦਾ ਹੱਕ ਦਿੱਤਾ ਜਾਵੇ ਆਹ ਜਿਹੜਾ ਪਿਛਲੀ ਵਾਰ 2019 'ਚ ਖਾਲਸਾ ਐਡ ਵਾਲਿਆਂ ਨੇ ਸਾਡਾ ਆਹ ਜ਼ਮੀਨ 'ਚੋਂ ਵਿੱਚੋਂ ਪਾਣੀ ਕਢਾ ਕੇ ਸਾਡੀਆਂ ਫਸਲਾਂ ਕਣਕਾਂ ਬਜਾਤੀਆਂ ਹੁਣ ਐਤਕੀ ਤਾਂ ਕੋਈ ਨਹੀਂ ਆਇਆ ਨਾ ਖਾਲਸਾ ਐਡ ਵਾਲੀ ਆਏ ਹੁਣ ਉੱਥੇ ਉਹ ਟੁੱਟੇ ਇੱਧਰ ਬਾਬਿਆਂ ਨੇ ਵੀ ਨਹੀਂ ਵੇਖਿਆ ਬਾਈ ਬਾਬਿਆਂ ਨੇ ਇੱਧਰੋਂ ਤੋੜ ਬੰਨ ਤੇ ਉੱਧਰ ਟੁੱਟੇ ਆ ਹੁਣ ਕੋਈ ਨਹੀਂ ਆਇਆ ਆਹ ਚੀਜ਼ਾਂ ਸੋ ਬੇਨਤੀ ਆ ਕਿ ਇਹਨਾਂ ਲੋਕਾਂ ਦਾ ਦੁੱਖ ਸੁਣੋ ਜੀ ਅਸੀਂ ਤਾਂ ਵਲੌਗ ਬਣਾ ਰਹੇ ਹਾਂ ਜੀ ਤੁਹਾਨੂੰ ਪਹਿਲਾਂ ਦੱਸ ਦਈਏ ਅਸੀਂ ਕੋਈ ਨਿਊਜ਼ ਵਾਲੇ ਨਹੀਂ ਗੇ ਪਰ ਸਾਡਾ ਮਕਸਦ ਹੁੰਦਾ ਉਹ ਚੀਜ਼ ਲੈ ਕੇ ਆਉਣਾ ਜਿਹੜੀ ਕਿਉਂਕਿ ਅਸੀਂ ਉਹਨਾਂ ਨੂੰ ਹੀ ਮਿਲੇ ਹਾਂ ਜਿਨ੍ਹਾਂ ਤੱਕ ਪਹੁੰਚ ਨਹੀਂ ਹੋ ਰਹੀ ਅਸੀਂ ਹੁਣ ਵੀ ਇੱਕ ਪਿੰਡ ਚੱਲੇ ਹਾਂ ਜਿੱਥੇ ਪਹੁੰਚ ਹੀ ਨਹੀਂ ਹੋਈ ਭਾਜੀ ਰਾਸ਼ਨ ਨਹੀਂ ਪਹੁੰਚਿਆ ਹੁਣ ਆਹੀ ਗੱਲ ਆ ਕਿਉਂਕਿ ਪਾਣੀ ਜਿਹੜਾ ਆ ਪਾਣੀ ਲੋਕਾਂ ਤੱਕ ਨਹੀਂ ਪਹੁੰਚਿਆ ਅਸੀਂ ਉਹ ਲੋਕਾਂ ਨੂੰ ਮਿਲਣਾ ਹਾਂ ਜਿੰਨੀ ਵੀ ਜੋਗੇ ਆ ਮਦਦ ਕਰੋ ਉਹ ਕਰੋ ਕਿ ਜਿਹੜੇ ਪੈਸੇ ਅਸੀਂ ਕਾਹੇ ਚ ਪੈਰਾਂ ਸਿਰ ਹੋ ਜਾਈਏ ਕਿਉਂਕਿ ਰਾਸ਼ਨ ਖਾ ਕੇ ਤੇ ਆਪਾਂ ਉਹਦਾ ਕੋਈ ਫਾਇਦਾ ਨੀ ਬਾਈ ਰਾਸ਼ਨ ਸਾਰੇ ਲਈ ਆਉਂਦੇ ਆ ਕੋਈ ਮਦਦ ਕਰੋ ਮਾਲੀ ਮਦਦ ਜਿਹੜਾ ਆਪਣਾ ਕੋਈ ਸੁਧਾਰ ਹੋ ਜੇ ਕਿ ਅਸੀਂ ਵੀ ਪੈਰਾਂ ਸਿਰ ਹੋ ਜਾਈਏ ਕੋਈ ਫਸਲਾਂ ਪਾਣੀ ਕੱਢਣ ਨੂੰ ਕੋਈ ਡੀਜ਼ਲ ਚਾਹੀਦਾ ਵਾ ਤੋੜ ਬੰਨਣ ਨੂੰ ਡੀਜ਼ਲ ਚਾਹੀਦਾ ਵਾ ਡੀਜ਼ਲ ਵੀ ਚਾਹੀਦਾ ਪਨੀਰੀ ਵੀ ਲਾ ਪਨੀਰੀ ਉਹ ਲਾਤੀ ਪਨੀਰੀ ਵੀ ਲਾਤੀ ਆ ਜੇ ਸੁੱਕਾ ਹਰਾ ਚਾਹੀਦਾ ਵਾ ਹਾਂਜੀ ਜੇ ਤੂੜੀ ਚਾਹੀਦੀ ਆ ਉਹ ਵੀ ਕਰ ਲੈਨੇ ਆ ਜੇ ਰਾਸ਼ਨ ਸਾਹਿਬ ਹਜੇ ਯਾਨੀ ਕਿ ਜੇ ਸਾਨੂੰ ਚਾਹੀਦਾ ਵਾ ਤੇ ਜੋ 4 ਦੇ ਬੰਡਲ ਆਉਂਦੇ ਉਹ ਕਰਾ ਸਕਦੇ ਆ 4 ਦੇ ਬੰਡਲ ਹੋ ਜਾਂਦੇ ਇੱਥੇ ਕਿਉਂਕਿ ਜਦੋਂ ਤੁਸੀਂ ਆਏ ਆ ਨਾ ਮਦਦ ਕਰਨ ਉਹ ਤੋਂ ਬਹੁਤ ਆ ਜਨੇ ਆ ਕਿ ਮਦਦ ਲੈਣ ਵਾਲੇ ਅਸੀਂ ਤਾਂ ਆਏ ਆ ਆਪਾਂ ਮਦਦ ਬਾਈ ਆਪਾਂ ਮਦਦ ਕਰਨ ਵਾਲਿਆਂ ਚੋਂ ਅੱਜ ਅਸੀਂ ਲੈਣ ਵਾਲੇ ਬਣੇ ਫਿਰਦੇ ਆ ਜਿਹੜਾ ਸੋਚ ਕੇ ਵੇਖੋ ਸਾਡੇ ਪੱਲੇ ਵੀ ਨਹੀਂ ਨਹੀਂ ਬਸ ਬਹੁਤ ਬਹੁਤ ਮੈਂ ਦੱਸ ਦਿਆਂ ਜੀ ਕਿ ਇੱਕ ਇਦਾਂ ਆਪਾਂ ਕਰ ਲਈਏ ਕਿ ਆਪਾਂ ਜਿਹੜੇ ਲੋਕ ਮਦਦ ਕਰਨ ਲਈ ਆਉਣਾ ਚਾਹੁੰਦੇ ਆ ਸਾਰੇ ਭੈਣਾਂ ਭਰਾਵਾਂ ਦਾ ਇੱਥੇ ਸਵਾਗਤ ਆ ਅਸੀਂ ਕਿਸੇ ਨੂੰ ਇਹ ਮਨਾ ਨਹੀਂ ਕਰਦੇ
पर एक बेनती हाथ बन के सारिया ही सत्कार योग लोग अगे आ कि जो तुम आना है ना माड़ा जहा पहला पूछ लिया करो तुम कहदी लोड़ है ते तुहानू केड़ी चीज चाहिए मेडिसिन किदां दीआं चाहीदीआं मच्छरदानियां दी लोड़ हैगी आ जां कादी नहीं सो हां सो ए असीं पिंड भाणों लंघा आ कपूरथला जिला आ कपूरथले चों आ हांजी असीं पहलां वेखण आए आ के जे असीं सारे जणे लै के आइंदे समान ਤੇ ਅਸੀਂ ਇੱਕ ਥਾਂ ਸਾਹਮਣੇ ਇੱਕ ਥਾਂ ਰੱਖਣ ਵਾਲਾ ਹਿਸਾਬ ਹੀ ਹੋ ਜਾਂਦਾ ਵਾ ਜੇ ਦੇਖ ਕੇ ਚੀਜ਼ ਪੁੱਛਣੀ ਆ ਵੀ ਕਿਹੜੀ ਲੋੜ ਆ ਉਹ ਲੈ ਕੇ ਨੀ ਸੇਵਾ ਅਸਲੀ ਉਹ ਆ ਇੱਕ ਅਸਲੀ ਸੇਵਾ ਉਹ ਜਿਹੜੀ ਆਪਾਂ ਮੌਕੇ ਤੇ ਮੌਜੂਦ ਉੱਥੇ ਪਹੁੰਚਾਉਣੀ ਆ ਜਿਹਨੂੰ ਲੋੜ ਆ ਜੇ ਸੜਕਾਂ ਤੇ ਚੀਜ਼ ਆ ਜਿੱਦਾਂ ਮੇਰਾ ਨਾਮ ਗੁਰਪ੍ਰੀਤ ਆ ਜੀ ਗੁਰਪ੍ਰੀਤ ਭਾਜੀ ਹੁਣੀ ਜਿੱਦਾਂ ਆਏ ਆ ਨਾ ਜੀ ਇਦਾਂ ਥੋੜਾ ਜਿਹਾ ਕਰ ਲਓ ਯਾਰ ਜੇ ਤੂੰ ਬੜੀ ਗੱਲ ਹੈ ਜੀ ਕੋਈ ਜਣਾ ਫੋਨ ਕਰ ਲਓ ਇੱਥੇ ਇਸ ਇਲਾਕੇ 'ਚ ਜੇ ਦੂਰੋਂ ਆ ਤੁਸੀਂ ਤੇ ਦੂਰੋਂ ਵਾਲੇ ਫੋਨ ਕਰ ਪਹਿਲਾਂ ਜਿਹੜੇ ਚਾਰ ਪੰਜ ਬੰਦੇ ਮੇਨ ਉਹ ਦੇਖ ਕੇ ਮੌਕਾ ਦੇਖ ਕੇ ਜਾਣ ਫੇ ਆਪਣੀ ਸਾਰਾ ਜਿੰਨਾ ਵੀ ਲੈ ਕੇ ਆਉਣਾ ਰਾਸ਼ਨ ਫੇ ਆਣ ਸੜਕ ਤੇ ਉੱਥੇ ਤੁਸੀਂ ਆਪਾਂ ਕੋਈ ਵੀ ਆ ਉੱਥੇ ਨਾ ਅਸੀਂ ਕੱਲ ਰਾਸ਼ਨ ਵੰਡ ਕੇ ਗਏ ਆ ਅਸੀਂ ਸਾਰੇ ਪਿੰਡ ਦੀ ਲਿਸਟ ਬਣਾਈ ਬਿਲਕੁਲ ਲਿਸਟ ਬਣਾ ਕੇ ਉਹ ਲਿਸਟ ਦਾ ਨਾਮ ਬੋਲਿਆ ਨਾਲ ਉਹਦੇ ਦਾ ਪਿੰਡ ਦਾ ਬੰਦਾ ਲੈ ਲਿਆ ਜਿਹਦੀ ਲਿਸਟ ਤੇ ਨਾਮ ਹੋਇਆ ਉਹਨੂੰ ਰਾਸ਼ਨ ਮਿਲਿਆ ਉਹ ਲਿਸਟ ਉਹਦੀ ਬਣੀ ਆ ਜਿਹਨੂੰ ਜ਼ਰੂਰਤ ਸੀ ਜ਼ਰੂਰਤ ਸੀ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂਜੀ ਜਿਹੜੇ ਆਉਣ ਵਾਲੇ ਵੀਰ ਆ ਨਾ ਉਹਨਾਂ ਨੂੰ ਬੇਨਤੀ ਆ ਕਿ ਉਹ ਆ ਕੇ ਪਿੰਡਾਂ ਵਿੱਚ ਉਹਨਾਂ ਦਾ ਜਿਹੜਾ ਉਹਨਾਂ ਨੂੰ ਚੀਜ਼ ਚਾਹੀਦੀ ਆ ਕੋਈ ਉਹਨਾਂ ਨੂੰ ਵਾਧੂ ਚਾਹੀਦੀ ਆ ਦਵਾਈਆਂ ਚਾਹੀਦੀਆਂ ਕੋਈ ਉਹਨਾਂ ਨੂੰ ਪਾਣੀ ਚਾਹੀਦਾ ਜਾਂ ਉਹਨਾਂ ਨੂੰ ਕੋਈ ਡੀਜ਼ਲ ਦੀ ਲੋੜ ਆ ਜਾਂ ਉਹਨਾਂ ਨੂੰ ਕੋਈ ਵਿਚਾਰੇ ਦੀ ਲੋੜ ਆ ਉਹ ਪਿੰਡ ਵਿੱਚ ਜਾ ਕੇ ਪੁੱਛਣ ਤੇ ਉਹਨਾਂ ਨੂੰ ਦੇਣ ਰੋਡ ਤੇ ਬੈਠੇ ਜਿਹੜੇ ਬੰਦੇ ਉਹਨਾਂ ਦਾ ਚੱਲਦਾ ਕੰਮ ਹਰ ਕੋਈ ਆਪਣੇ ਗਾਉਂਦਾ ਦਾਂ ਚੋਂ ਲੈ ਜਾਂਦੇ ਕੋਈ ਕੋਈ ਵੇਚੀ ਜਾਂਦੇ ਨੇ ਜਾਲ ਜਾ ਕੇ ਆ ਜਿਹੜਾ ਵੀ ਭਾਈ ਆਉਂਦਾ ਵਾ ਉਹਨੂੰ ਬੇਨਤੀ ਆ ਕਿ ਉਹ ਪਹਿਲੋਂ ਆ ਕੇ ਪਿੰਡ ਦੇ ਲੋਕਾਂ ਨੂੰ ਜਿੱਥੇ ਪਾਣੀ ਜ਼ਿਆਦਾ ਵਾ ਜਿੱਦਾਂ ਪਿੰਡ ਸਾਡੇ ਲਾਗੇ ਹੀ ਖੜੇ ਆ ਤੇ ਪਾਣੀ ਵਿੱਚ ਘਿਰਿਆ ਪੂਰਾ ਪਿੰਡ ਨੂੰ ਲੋੜ ਆ ਕਈ ਡੇਰੇ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਲੋੜ ਆ ਉਹ ਵਿਚਾਰੇ ਬਾਹਰ ਨਹੀਂ ਆ ਸਕਦੇ ਇਸ ਕਰਕੇ ਹਰ ਇੱਕ ਪਿੰਡ ਵਿੱਚ ਜਾ ਕੇ ਆਪਦਾ ਪਿੰਡ ਜਾਇਜ਼ਾ ਲੈ ਕੇ ਦੇਖੋ ਕਿ ਕਿਹੜੇ ਪਿੰਡ ਨੂੰ ਕਿਹੜੇ ਚੀਜ਼ ਦੀ ਜ਼ਰੂਰਤ ਆ ਕੀ ਚਾਹੀਦਾ ਉਹਨਾਂ ਨੂੰ ਉੱਥੇ ਜਾ ਕੇ ਪਹੁੰਚੋ ਤੇ ਉਹਨਾਂ ਨੂੰ ਖੁਦ ਚੀਜ਼ ਦੇ ਕੇ ਆਓ ਆ ਰਸਤੇ 'ਚ ਨਾ ਵੰਡੋ ਜਾਂ ਆਪੇ ਜਾਇਜ਼ਾ ਲਓ ਇੱਕ ਦਿਨ ਪਹਿਲਾਂ ਜਾ ਕੇ ਜਾਇਜ਼ਾ ਕਰੋ ਪੂਰਾ ਉਹ ਦੇਖੋ ਉੱਥੇ ਕੀ ਚੀਜ਼ ਚਾਹੀਦੀ ਆ ਇੱਦਾਂ ਨਾ ਰਸਤੇ 'ਚ ਨਾ ਵੰਡੋ ਉਹਨਾਂ ਸਾਰਿਆਂ ਨੂੰ ਦੇਖੋ ਕਿ ਇਹ ਚੀਜ਼ ਸਾਨੂੰ ਇੱਥੇ ਆ ਚਾਹੀਦੀ ਆ ਉਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਆ ਕੋਈ ਪਸ਼ੂਆਂ ਦਾ ਚਾਰਾ ਕਹੀਂ ਹੁਣ ਪਿੰਡ ਇੱਥੇ ਤੇ ਖੜੇ ਇੱਥੇ ਪਿੰਡ 'ਚ ਚਾਰਾ ਨਹੀਂ ਪਹੁੰਚਿਆ ਤੇ ਪਿੰਡ ਸਾਰਾ ਘਿਰਿਆ ਹੋਇਆ ਉਹ ਕਿਸ਼ਤੀ ਵੀ ਆ ਕਿ ਟੁੱਟੀ ਜੀ ਵਿਚਾਰੀ ਹੈਗੀ ਉਹ ਵਿਚਾਰੇ ਕਿੰਨਾ ਚਾਰਾ ਲੈ ਜਾਣਗੇ ਇਹਨਾਂ ਨੂੰ ਪਹੁੰਚਾਉਣ ਦੀ ਕਿਰਪਾਲਤਾ ਕਰੋ ਭਾਈ ਜਿੰਨੇ ਵੀ ਆਉਂਦੇ ਆ ਉਹ ਕੋਸ਼ਿਸ਼ ਕਰੋ ਇਹਨਾਂ ਨੂੰ ਪੁੱਛ ਦੱਸ ਕੇ ਇਹਨਾਂ ਦੀ ਮਦਦ ਕਰੋ ਜਿੰਨਾ ਹੋ ਸਕਦਾ ਆਪਣੇ ਹੀ ਭਰਾ ਵਾਂ ਆਪਾਂ ਹੀ ਮਦਦ ਕਰਨੀ ਇਹਨਾਂ ਸਾਰੇ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣੀ ਦੀ ਲੋੜ ਹੈਗੀ ਆ ਪੀਣ ਵਾਲੇ ਦੀ ਬਹੁਤ ਵੱਡੇ ਪੱਧਰ ਤੇ ਜੀ ਮੈਂ ਇੱਕ ਨੰਬਰ ਤੇ ਦੱਸ ਦਿਆਂ ਦੋ ਨੰਬਰ ਤੇ ਪਸ਼ੂਆਂ ਨੂੰ ਚਾਰੇ ਦੀ ਬਹੁਤ ਵੱਡੇ ਪੱਧਰ ਤੇ ਲੋੜ ਆ ਚਾਰ ਦੀਆਂ ਜਿਹੜੀਆਂ ਗੱਠਾਂ ਆ ਉਹ ਲਿਆ ਦਿਓ ਜੀ ਇਹਨਾਂ ਨੂੰ ਤੀਸਰੇ ਨੰਬਰ ਤੇ ਇੱਕ ਡੀਜ਼ਲ ਜ਼ਰੂਰੀ ਆ ਜੀ ਡੀਜ਼ਲ ਕਿਉਂ ਕਿਉਂਕਿ ਜੀ ਦੇਖੋ ਗੱਡੀਆਂ ਚੱਲ ਰਹੀਆਂ ਨੇ ਚਾਹੇ ਟਿੱਪਰ ਚੱਲ ਰਿਹਾ ਚਾਹੇ ਕੁਛ ਵੀ ਚੱਲ ਰਿਹਾ ਆ ਚਾਹੇ ਆ ਕਿਸ਼ਤੀਆਂ ਜਾ ਰਹੀਆਂ ਨੇ ਇਹਨਾਂ ਦੇ ਲੋਕਾਂ ਤੱਕ ਹਨਾ ਉਹ ਡੀਜ਼ਲ ਦੇ ਬਿਨਾਂ ਨਹੀਂ ਜੀ ਚੱਲਣੀਆਂ ਬੰਨ ਲਾ ਕੇ ਨਾ ਉੱਥੇ ਅਸੀਂ ਤੇ ਇਹ ਪਾਣੀ ਇੱਥੋਂ ਸਾਨੂੰ ਕੱਢਣਾ ਪੈਣਾ ਆ ਬਿਲਕੁਲ ਓਕੇ ਸੋ ਯਾਰ ਇਹ ਤੰਗੀ ਆ ਇਹ ਜ਼ਰੂਰ ਤੁਸੀਂ ਨੋਟ ਰੱਖਿਓ ਔਰ ਜਿਹੜੇ ਵੀ ਲੋਕ ਆ ਰਹੇ ਆ ਥੋੜਾ ਜਿਹਾ ਇਹਦਾ ਧਿਆਨ ਰੱਖਣ ਇੰਨਾ ਇੰਨੀ ਕੁ ਬੇਨਤੀ ਹੈ ਭਾਈ ਬਹੁਤ ਜ਼ਰੂਰ ਸਾਨੂੰ ਤੁਸੀਂ ਕੁਛ ਨਾ ਲੈ ਕੇ ਆਓ ਸਾਨੂੰ ਸਿਰਫ ਡੀਜ਼ਲ ਤੇ ਜੇ ਹੋ ਸਕਦਾ ਆਪ ਆਣ ਕੇ ਖਲੋ ਕੇ ਕਿ ਭਾਈ ਇਹ ਹਿਸਾਬ ਕਰੋ ਕਿ ਇਸ ਇਹਦੇ ਵਾਸਤੇ ਖਰਚਾ ਕਿੰਨਾ ਲੋੜ ਆ ਸਾਨੂੰ ਇਹ ਕਿਸੇ ਪ੍ਰਸ਼ਾਦੇ ਦੀ ਲੋੜ ਨਹੀਂ ਕੋਈ ਪਾਣੀ ਦੀ ਲੋੜ ਨਹੀਂ ਕਿਉਂਕਿ ਜਦੋਂ ਲੋੜ ਹੋਈ ਹੈ ਨਾ ਜਦੋਂ ਸਾਡੇ ਕੋਲ ਪੈਸਾ ਹੋਇਆ ਤਾਂ ਇੱਥੋਂ ਲੋੜ ਮੁਤਾਬਕ ਅਸੀਂ ਲੈ ਲੈਣਾ ਪੈਸਿਆਂ ਦਾ ਤੁਸੀਂ ਲੈ ਕੇ ਆਉਣਾ ਪੈਸਿਆਂ ਦਾ ਅਸੀਂ ਲੈਣਾ ਕਿਉਂਕਿ ਘਰ ਦੀ ਜਿਹੜੀ ਚੀਜ਼ ਵਸਤੂ ਆ ਉਹ ਪੈਸਿਆਂ ਦੇ ਹਿਸਾਬ ਨਾਲ ਲਈ ਜਾਣੀ ਬਾਈ ਕਿਉਂਕਿ ਹੁਣ ਇਸ ਟਾਈਮ ਤੇ ਫਸਲਾਂ ਮਰ ਗਈਆਂ ਕਿ ਗਾਂਹ ਸਾਨੂੰ ਪੈਸੇ ਦੀ ਕਿਤੇ ਆਸ ਨਹੀਂ ਕਿਉਂਕਿ ਉਹ ਜਦੋਂ ਨੰਬਰਦਾਰ ਸਰਪੰਚ ਦੇ ਕੋਲੇ ਲਿਆਣ ਕੇ ਤੁਸੀਂ ਪੈਸਾ ਤੇ ਲਦਾਓਗੇ ਤਾਂ ਪਤਾ ਲੱਗੂਗਾ ਕਿ ਕਿਹਦੇ ਘਰ ਲੋੜ ਮੁਤਾਬਕ ਪਹੁੰਚਦੀ ਹੈ ਚੀਜ਼ ਕਿਉਂ ਜਦੋਂ ਇੱਥੋਂ ਮੇਰੇ ਵਰਗਾ ਖਲੋਤਾ ਮੈਨੂੰ ਦੇ ਦੇ ਯਾਰ ਮੇਰਾ ਹਟ ਗਿਆ ਸਾਰਾ ਕੁਝ ਇਦਾਂ ਨਹੀਂ ਕਿ ਤੁਸੀਂ ਢੰਗ ਤਰੀਕੇ ਨਾਲ ਆਣ ਕੇ ਕਿ ਸਾਰਿਆਂ ਦੇ ਘਰ ਘਰ ਆ ਪਿਛਲੇ 2019 ਚ ਲੋਕਾਂ ਨੇ ਆਣ ਕੇ ਹੈਲੋ ਸੰਗਤ ਨੇ ਆਣ ਕੇ ਅਪਣਾਈਏ ਕੋਈ ਵੀ ਕੰਮ ਕਰਨ ਦਾ ਇੱਕ ਤਰੀਕਾ ਅਪਣਾਈਏ 2019 ਦੇ ਵਿੱਚ ਸੰਗਤ ਨੇ ਬਹੁਤ ਸਾਡੀ ਮਦਦ ਕੀਤੀ ਉਹਨਾਂ ਇਤਨਾ ਸਮਝਦਾਰ ਹੀ ਉਹ ਵਲੈਤ ਕੇ ਬਾਹਰੋਂ ਆਏ ਸੀ ਬੰਦੇ ਉਹਨਾਂ ਘਰ ਘਰ ਆਣ ਕੇ ਮਾਇਆ ਪਚਾਈ ਕਿ ਕਿਸੇ ਨੂੰ 1000 ਦਿੱਤਾ ਕਿਸੇ ਨੂੰ 5000 ਦਿੱਤਾ ਆ ਲਓ ਬਾਈ ਆਹ ਤੁਸੀਂ ਆਪਦੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰੋ ਕਿਉਂਕਿ ਜਿਹੜਾ ਹੁਣ ਤੁਹਾਨੂੰ ਦੱਸਿਆ ਰੋਟੀ ਵੀ ਲਈ ਆਉਂਦੇ ਲੰਗਰ ਪਕਾ ਕੇ ਲਈ ਆਉਂਦੇ ਮੁੜ ਕੇ ਸੁੱਟ ਕੇ ਜਾਂਦੇ ਪਾਣੀ 'ਚ ਕੀ ਫਾਇਦਾ ਯਾਰ ਉਹਦਾ ਆ ਪੈਸੇ ਦੇ ਆਪਣੇ ਖਰਾਬ ਹੁੰਦੇ ਆ ਨਾ ਕਿ ਆਪਦੇ ਢੰਗ ਤਰੀਕੇ ਨਾਲ ਆਣ ਕੇ ਇੱਥੇ ਪਹਿਲਾਂ ਵੇਖੋ ਕਿਹੜੀ ਚੀਜ਼ ਦੀ ਲੋੜ ਆ ਫਿਰ ਕੰਮ ਕਰਿਓ ਮੈਂ ਨਹੀਂ ਆਉਂਦਾ ਤੁਸੀਂ ਸਿੱਧੇ ਮੇਰੇ ਕੋਲ ਪੈਸੇ ਹੀ ਪਹਿਲਾਂ ਸਾਰਿਆਂ ਕੋਲੇ ਲੈ ਕੇ ਆ ਜਿਓ ਮੈਂ ਨਾ ਨੰਬਰਦਾਰ ਸਰਪੰਚ ਨੂੰ ਨਾਲ ਲਓ ਜਿਹੜੇ ਮੋਹਤਬਾਰ ਬੰਦੇ ਆ ਪਿੰਡ ਦੇ ਉਹਨਾਂ ਦੇ ਜਿਹੜੇ ਹਿਸਾਬ ਦੇ ਨਾਲ ਜਿਵੇਂ ਕੋਈ ਕਿਸੇ ਨੂੰ ਚੀਜ਼ ਦੀ ਲੋੜ ਆ ਉਸ ਹਿਸਾਬ ਨਾਲ ਦਿਓ
ठीक है जी, कोई गल नहीं, मेहरबानी जी, ताडा जिहड़ा दुख दर्द आ उह असीं इदां गल करिआं ते आ के पता लगदा। जे हुण मैं नकुदर बैठा ही यूट्यूब करी जाइए बनाई जाइए उह गल नहीं जी बणदी। ਪਨੀਰੀ ਦੀ ਅਸੀਂ ਬੇਨਤੀ ਕੀਤੀ ਸੀ ਤੇ ਮੈਂ ਕਹਾਂ ਪਨੀਰੀ ਤੇ ਸਾਡੇ ਕਹਿਣ ਤੇ ਬਹੁਤ ਸਾਰੇ ਭਰਾਵਾਂ ਨੇ ਲਾ ਲਈ ਤੇ ਉਹ ਪਨੀਰੀ ਹੁਣ ਆਪਾਂ ਲੋੜਵੰਦਾਂ ਤੱਕ ਆਪਾਂ ਪਹੁੰਚਾਉਣੀ ਆ, ਉਹ ਸਾਡੀ ਪਰ ਪਨੀਰੀ ਲਾਉਣ ਨੂੰ ਥਾਂ ਵੀ ਬਣੇ। ਤੁਹਾਨੂੰ ਅੱਗੇ ਵਿਖਾਲਦੇ ਆ ਇੱਕ ਪਿੰਡ, ਉੱਥੇ ਵੀ ਆਪਾਂ ਥੋੜਾ ਜਿਹਾ ਪਿੰਡਾਂ ਦਾ ਜਾਇਜ਼ਾ ਲੈ ਲਈਏ ਕਿੱਦਾਂ ਆ, ਤੇ ਉਸ ਹਿਸਾਬ ਨਾਲ ਸਾਰੇ ਵੀਰ ਭਰਾ ਕੰਮ ਕਰਿਓ ਤੇ ਥੋੜਾ ਜਿਹਾ ਸਿਸਟਮੈਟਿਕ ਹੋਇਓ, ਇਹੀ ਇਹਨਾਂ ਦੀ ਮੰਗ ਆ ਮੇਨ। ਆਪਾਂ ਅੱਗੇ ਚੱਲਦੇ ਹਾਂ ਜੀ, ਆ ਜਾਓ।